ਸਾਸਤਰੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ 2000 ਸਬਸਕ੍ਰਾਈਬਰ ਹੋ ਗਏ ਜੀ ਆਪਣੇ YouTube ਦੇ ਚੈਨਲ ਤੇ ਇਹ ਸਭ ਕੁਝ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੋਇਆ ਜੀ ਇਦਾਂ ਹੀ ਸਾਨੂੰ ਸਹਿਯੋਗ ਖੋੜ ਦਿਓ ਜੀ ਆਲੇ ਦੁਆਲੇ ਜਾਣ ਪਛਾਣ ਵਾਲੇ ਬੰਦਿਆਂ ਨੂੰ ਸਾਡੇ ਬਾਰੇ ਜਰੂਰ ਦੱਸਿਆ ਕਰੋਗੇ ਇਦਾਂ ਇੱਕ ਬੰਦਾ ਕੁਲਵੀਰ ਸਿੰਘ ਨਾਮ ਦਾ ਉਦਾਂ ਹੀ ਦਾ ਪੰਜਾਬੀ ਚੈਨਲ ਇਦਾਂ ਇਦਾਂ ਖਬਰਾਂ ਕੋਬਰਾਂ ਦਿੰਦਾ ਤੇ ਇਹ ਗੱਲ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਧੰਨਵਾਦ ਕਰਦੇ ਹੋਏ ਅਸੀਂ ਅੱਜ ਦੇ ਟੌਪਿਕ ਤੇ ਗੱਲ ਕਰਦੇ ਹਾਂ ਜੀ ਜਿਹੜਾ ਆਪਣਾ 6 ਮਹੀਨੇ ਦੀ ਸਜੂਰਨ ਨੂੰ ਬਾਰੇ ਜੀ ਇਹ 6 ਮਹੀਨੇ ਦੀ ਸਜੂਰਨ ਵੈਸੇ ਹੁੰਦੀ ਕੀ ਜਾਂ ਫਿਲਹਾਲ ਆਪਏ ਇਹਦੇ ਬਾਰੇ ਗੱਲ ਕਰਦੇ ਹਾਂ 6 ਮਹੀਨੇ ਦੀ ਜਿਹੜੀ ਸਜੂਰਨ ਹੈ ਹੋਰ ਕੋਈ ਨਹੀਂ ਇੱਥੇ ਸੀਜ਼ਨ ਵਾਲੇ ਪੀਪਰ ਖੁੱਲਦੇ ਹੁੰਦੇ ਆ ਵੀ ਮੰਨ ਲਓ ਜਦੋਂ ਗਰਮੀਆਂ 'ਚ ਕੰਮ ਚੱਲਦੇ ਆ ਵੀ ਬਾਹਰਲੇ ਸਾਡੇ ਇਟਲੀ ਵਿੱਚ ਬੰਦੇ ਹੈ ਨਹੀਂਗੇ ਇਸ ਕਰਕੇ ਅਸੀਂ ਬਾਹਰਲੀ ਕੰਟਰੀ ਤੋਂ ਬੰਦੇ ਲੇਬਰ ਮਗਾਣੀ ਆ ਤੇ ਉਹ 6 ਮਹੀਨਿਆਂ ਦਾ ਹੀ ਹਿਸਾਬ ਹੁੰਦਾ ਵੀ ਜਦੋਂ ਸੀਜ਼ਨ ਖਤਮ ਹੋ ਗਿਆ ਤਾਂ ਉਹਨੂੰ ਤਿੰਨ ਵਾਰ ਇਟਲੀ 'ਚ ਐਂਟਰ ਹੋਣਾ ਪੈਂਦਾ ਹੁੰਦਾ ਸੀ ਪਹਿਲਾਂ ਤੇ ਫਿਰ ਵਾਰਚ ਉਹਨੂੰ ਇਹ ਪੇਪਰ ਦੇ ਦਿੰਦੇ ਫਿਰ ਸਰਕਾਰ ਨੇ ਇੱਕ ਨਵਾਂ ਕਾਨੂੰਨ ਬਣਾਇਆ ਉਸ ਕਾਨੂੰਨ ਦੇ ਉਸ ਕਾਨੂੰਨ ਦੇ ਹਸਾਬ ਨਾਲ ਬੰਦਾ ਇੱਥੇ ਸੀਜ਼ਨਲ ਆਪਣੇ ਪੇਪਰ ਜਮਾ ਕਰਾ ਸਕਦਾ ਸੀ ਥੋੜੇ ਟਾਈਮ ਤੋਂ ਬਣੇ ਥੋੜੇ ਸਾਲਾਂ ਤੋਂ ਹੁਣ ਮੈਨੂੰ ਐਗਜੈਕਟ ਸਾਲ ਨਹੀਂ ਯਾਦ ਤੇ ਅੱਜ ਅਸੀਂ ਉਸੇ ਕਾਨੂੰਨ ਬਾਰੇ ਗੱਲ ਕਰਾਂਗੇ ਤੁਹਾਡੇ ਸਾਰੇ ਨਾਲ ਆ ਜਿਹੜੀ ਸਾਰੀ ਇਨਫੋਰਮੇਸ਼ਨ ਆ ਮੈਂ ਆਪਣਾ ਇੰਟਰਨੈਟ ਤੋਂ ਸਰਚ ਮਾਰੀ ਸੀ ਜੀ ਤੁਸੀਂ ਵੀ ਆਪਣੇ ਗੂਗਲ ਤੇ ਜਾਂ ਗੂਗਲ ਬਾਬਾ ਜੀ ਨੂੰ ਪੁੱਛ ਸਕਦੇ ਆ ਇਹ ਸਾਰੀ ਇਨਫੋਰਮੇਸ਼ਨ ਨਿਕਲੂਗੀ ਅੱਛਾ ਚ ਵੀ ਲਿਖਿਆ ਸਿਕਾ ਜੀ ਸਹੀ ਉਨ ਲੈਬਰਾਤੋਰੀ ਸਤਾ ਜੋ ਨਾਲ ਹੈ ਵੀ ਤੁਹਾਡੇ ਕੋ ਸੀਜ਼ਨ ਵਾਲੇ ਪੇਪਰ ਜੇ ਤੁਹਾਡੇ ਕੋ ਹੈ ਹਾਂਜੀ ਠੀਕ ਆਈ ਉਹ ਤੋਂ ਉਨੀ ਕੋ ਵੀਸਟੋ ਪਰ ਲਵਰ ਸਟੇਜਨਲ ਮਤਲਬ ਇਹਦਾ ਕੀ ਹੈ ਜੀ ਵੀ ਸਿਰਫ ਤੁਹਾਡਾ ਇੱਕ ਆਪਣਾ ਸੀਜ਼ਨ ਵਾਲਾ ਵੀਜ਼ਾ ਲੱਗਾ ਹੈ ਫਿਰ ਤੁਹਾਨੂੰ ਕੋਈ ਹੋਰ ਵੀਜ਼ਾ ਤਾਂ ਨਹੀਂ ਲੱਗੇ ਅਲੋਰਾ ਕੋਈ ਕਨਵਰਟੇ ਇਲ ਤੁ ਪਰਮੈਸੂ ਦੀ ਸੋਜੋਰਨੋ ਪੀ ਜਿਹੜੀ ਤੁਹਾਡੀ ਸੀਜ਼ਨ ਵਾਲੀ ਸੋਜੋਰਨ ਉਹਨੂੰ ਤੁਸੀਂ ਬਦਲ ਸਕਦੇ ਆ ਜਿਹੜੀ ਪਰਮੈਸੂ ਦੀ ਸੋਜੋਰਨ ਉਹਦਾ ਬਾਰਸ਼ੂ ਬੋਰਦੀ ਨਾ ਤੋਂ ਹੁੰਦੀ ਜਿਹਨੂੰ ਅਸੀਂ ਕੰਮ ਵਾਲੀ ਸੋਜੋਰਨ ਕਹਿੰਦੇ ਆ ਜਿਹਦਾ ਕਈਆਂ ਬੰਦਿਆਂ ਕੋ ਆਟੋਨੋਮ ਹੁੰਦੀ ਜਾਂ ਫੈਮਿਲੀ ਆ ਰਹੇ ਹੁੰਦੀ ਹੈ ਇਹ ਸੋਜੋਰਨ ਵੱਖ-ਵੱਖ ਹੁੰਦੀ ਹੈ ਜ ਜਿਹੜੀ ਫਿਲਹਾਲ ਸੀ ਗੱਲ ਕਰਾਂਗੇ ਵੀ ਸੀਜ਼ਨ ਵਾਲੀ ਜਿਹੜੀ 6 ਮਹੀਨੇ ਦੀ ਸੋਜੋਰਨ ਉਹ ਤੋਂ ਤੁਹਾਨੂੰ ਨਾਰਮਲ ਸੋਜੋਰਨ ਨੂੰ ਮਿਲ ਸਕਦੇ ਫਿਰ ਤੁਸੀਂ ਇਟਲੀ ਚ ਇੱਥੇ ਰਹਿ ਸਕਦੇ ਆ ਜਿੱਦਾਂ ਅਸੀਂ ਨਾਰਮਲ ਬੰਦੇ ਜਿਹਨਾਂ ਕੋ ਹੈਗੀਆਂ ਹੋਰ ਰਹਿੰਦੇ ਆ ਜੀ अच्छा अंदर ਲਈ ਕਿੰਨਾ ਚੀਜ਼ਾਂ ਦੀ ਲੋੜ ਆ ਰਿਕਵਿਸੀ ਦੀ ਕਿਹੜੀ ਆ ਫਿਰ ਤੁਹਾਡੇ ਕੋ ਕੀ ਹੋਣਾ ਚਾਹੀਦਾ ਜਿਹੜਾ ਤੁਹਾਡਾ ਮਾਲਕਾ ਕੰਮ ਕਰਦਾ ਉਹਦੇ ਕੋ ਕੀ ਹੋਣਾ ਚਾਹੀਦਾ ਹੁਣ ਅਸੀਂ ਤੁਹਾਨੂੰ ਉਹ ਚੀਜ਼ਾਂ ਦੱਸਦੇ ਮੇਨ ਮੇਨ ਗੱਲਾਂ ਦੱਸਦੇ ਵਾਕਿਆ ਤੁਹਾਨੂੰ ਬੜਾ ਗੱਲਾਂ ਦਾ ਬਤੇਰੀਆਂ ਹੁੰਦੀਆਂ ਕਰਨ ਵਾਲੀਆਂ ਸਭ ਤੋਂ ਪਹਿਲੀ ਜਿਹੜੀ ਗੱਲ ਆ ਕਿ ਜਿਹੜਾ ਤੁਹਾਡਾ ਮਾਲਕ ਉਹ ਤੁਹਾਡੀ ਤਨਖਾਹ ਤੁਹਾਨੂੰ ਦੇ ਸਕਦਾ ਜਿਹੜਾ ਤੁਹਾਡੇ ਹਿਸੇ ਦਾ ਟੈਕਸ ਉਹ ਉਹ ਉਤਾਰ ਸਕਦਾ ਤੇ ਜਿਹੜਾ ਬੀਮਾ ਜਿਹਨੂੰ ਅਸੀਂ ਇੰਸ਼ੋਰੈਂਸ ਕਹਿੰਦੇ ਹਾਂ ਤੁਹਾਡੇ ਕੰਮ ਤੇ ਸੱਟ ਸੁੱਟ ਲੱਗ ਜਾਏ ਜਾਂ ਇਦਾਂ ਦਾ ਕੁਝ ਹੋਰਵੇ ਤਾਂ ਉਹ ਉਹ ਵੀ ਇੱਕ ਹੁੰਦਾ ਹੈ ਇਹ ਅਸੀਕੁਰਾਜ਼ੀਓਨੇ ਵਗੈਰਾ ਹੁੰਦੇ ਤੇ ਉਹ ਉਹ ਦੇ ਸਕਦਾ ਕਿ ਨਹੀਂ ਕਿ ਇਲਤੂ ਓ ਦਾਤੋਰੇ ਦੀ ਲਾਵੂਰੋ ਸੀ ਐਂਗਰਾਡੋ ਦੀ ਪਾਗਾਰੇ ਪੇ ਇਸ ਕਰਨ ਦਾ ਉਰੋ ਜਿੱਦਾਂ ਦੇ ਸਕਦਾ ਆ ਇੰਗਰਾਡੋ ਦੀ ਪਾਗਾਰੇ ਮਦੈਨਾ ਹੁੰਦਾ ਸੀਆ ਕਰਾ ਦੋ ਦੀ ਪਾਗਾਰੇ ਮਤਲਬ ਕਿ ਉਹ ਇਸ ਕਾਬਲ ਹੈ ਇਸ ਜੋਗਾਦ ਕੋ ਇੰਨੇ ਪੈਸੇ ਹੈਗੇ ਆ ਇਹ ਰਿਟਰੀਬਿਊਸ਼ਨ ਤੇ ਤੁਹਾਡੀ ਤਨਖਾਹ ਕੰਟਰੀਬਿਊਟੀ ਜਿਹੜੇ ਟੈਕਸ ਹੁੰਦੇ ਪ੍ਰੀਮੀਅਮ ਸੀ ਕੋਰਾਂ ਤੇ ਵੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਆਪਣੇ ਇੰਸ਼ੋਰੈਂਸ ਵਗੈਰਾ ਇਹ ਇਹ ਚੀਜ਼ ਮੀਨ ਹੁੰਦੀ ਆ ਜਿਹੜੀ ਤੁਸੀਂ ਸ਼ੋ ਕਰਨੀ ਆ ਦੂਜੇ ਨੰਬਰ ਤੇ ਦੀ ਅਵੇਰੇ ਲਾ ਡਿਸਪੋਨੇਬਿਲਿਟੀ ਦੀਨ ਔਰ ਦੀ ਉਨ ਆਲੋ ਜੋ ਇਹ ਦੋਨੇ ਉਹ ਵੀ ਤੁਹਾਡੇ ਕੋਲ ਇੱਕ ਘਰ ਹੋਣਾ ਚਾਹੀਦਾ ਘਰ ਦਾ ਮਤਲਬ ਇਹ ਨਹੀਂ ਵੀ ਨੋਰਮਲ ਘਰ ਹੋਵੇ ਘਰ ਇੱਥੇ ਦੇ ਕਾਨੂੰਨ ਦੇ ਹਿਸਾਬ ਨਾਲ ਜਿਹਦੇ ਵਿੱਚ ਗੇਸ ਦਾ ਸਰਟੀਫਿਕੇਟ ਬਿਜਲੀ ਦਾ ਸਰਟੀਫਿਕੇਟ ਤੇ ਪਾਣੀ ਦਾ ਸਰਟੀਫਿਕੇਟ ਤੇ ਜਿਹੜਾ ਛੱਤਾਂ ਦਾ ਸਰਟੀਫਿਕੇਟ ਵਗੈਰਾ ਵਗੈਰਾ ਹੁੰਦੇ ਤਿੰਨ ਸਰਟੀਫਿਕੇਟ ਹੁੰਦੇ ਜਦੋਂ ਵੀ ਤੁਸੀਂ ਕਾਰਤਾ ਦੀ ਸੂਜ ਨੂੰ ਕਿਸੇ ਨੇ ਵੀ ਅਪਲਾਈ ਕੀਤੀ ਹੋਵੇ ਉਹਨਾਂ ਬੰਦਿਆਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਇਹ ਕਮੂਨੀਚੋ ਜਾ ਕੇ ਮਿਲਦਾ ਹੁੰਦਾ ਇਹ ਦੋਨੋਂ ਇਤੈਦੀ ਅਲੋਚ ਉਹਨਾਂ ਨੇ ਆਣਾ ਹੁੰਦਾ ਟੈਕਨੀਕੋ ਨੇ ਚੈੱਕ ਕਰਨਾ ਹੁੰਦਾ ਫਿਰ ਤੁਹਾਡਾ ਬਿਜਲੀ ਪਾਣੀ ਸਭ ਕੁਝ ਸੈੱਟ ਹੋ ਚ ਨਹੀਂ ਤੇ ਫਿਰ ਉਹ ਤੁਹਾਨੂੰ ਦਿੰਦੇ ਹੁੰਦੇ ਹਾਂ ਵੀ ਇਹ ਘਰ ਰਹਿਣ ਜੋਗਾ ਪੇਪਰ ਉਦੋਂ ਤੁਹਾਡਾ ਘਰ ਆ ਤੁਸੀਂ ਇਟਲੀ 'ਚ ਰਹਿਣਾ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਜੇ ਤੁਸੀਂ ਇਟਲੀ ਤੋਂ ਬਾਹਰੋਂ ਬੰਦਾ ਕੋਈ ਸਦਨਾ ਜਿੱਦਾਂ ਇਸ ਇਹਨਾਂ ਇਸ ਕੇਸ ਦੇ ਵਿੱਚ ਸਮਝ ਲਓ ਤੁਸੀਂ ਬਾਹਰ ਲਈਆਂ ਇਸ ਕੇਸ ਦੇ ਵਿੱਚ ਇਹ ਦੋਨੇ ਤਰ੍ਹਾਂ ਦੇ ਅਲੋਜੋ ਹੋਣਾ ਜ਼ਰੂਰੀ ਹੈ ਹੁਣ ਆਪਾਂ ਅਗਲੇ ਭਾਗ ਹਾਲ ਚੱਲਦੇ ਹਾਂ ਜੀ ਕਰਨ ਦਾ ਤਰੀਕਾ ਮਤਲਬ ਇਹ ਤੁਸੀਂ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਹੋ ਪਰੋਚੇ ਦੇ ਉਰਾ ਕੀ ਆ ਸਭ ਤੋਂ ਪਹਿਲਾਂ ਜੀ ਜਿਹੜੀ ਆਪਣੀ ਆਹ ਵੈਬਸਾਈਟ ਆ ਨੁਲਾ ਉਸਤਾ ਇਹ ਨੁਲਾ ਉਸਤਾ lavoro.dlci.intorno interno.it ਇੱਥੇ ਜਾਣਾ ਆਪਣੀ ਤੁਹਾਡੀ ਈਮੇਲ ਐਡਰੈਸ ਹੋਣਾ ਚਾਹੀਦਾ ਵੈਲਿਡ ਈਮੇਲ ਰੈੱਟ ਉਹਦੇ ਨਾਲ ਤੁਸੀਂ ਰਜਿਸਟਰ ਹੋਣਾ ਰਜਿਸਟਰ ਹੋ ਕੇ ਫਿਰ ਇੱਕ ਮੋਡੇਲੋ BB ਹੁੰਦਾ ਉਹ ਮੈਂ ਸਾਡੇ ਵਿੱਚ ਲਿਖਿਆ ਨਹੀਂ ਮੈਨੂੰ ਤਮਾਦ ਚ ਨਿਕਲ ਗਿਆ ਉਹ ਮੈਂ ਬਾਅਦ ਵਿੱਚ ਤੁਹਾਨੂੰ ਦਗਾ ਕਿਹੜਾ ਹੁੰਦਾ ਕਮੈਂਟ ਵਿੱਚ ਲਿਖ ਦਿੰਦਾ ਉਹ ਮੋਡੇਲੋ ਤੁਸੀਂ ਭਰਨਾ ਹੈ ਜੀ ਤੇ ਉਪਰੰਤੂ ਬਾਅਦ ਅਗਰ ਬਾਈ ਚਾਂਸ ਕੋਈ ਪੇਪਰ ਘੱਟ ਹੋਵੇ ਤਾਂ ਫਿਰ ਤੁਹਾਨੂੰ ਪ੍ਰੇਆ ਵੀਜ਼ੋ ਦੀ ਰਿਜੈਕਟ ਹੋ ਆਂਦੀ ਵੀ ਤੁਹਾਡਾ ਜਿਹੜਾ ਪ੍ਰਾਤਿਕਾ ਇਹ ਹੋ ਸਕਦਾ ਹੈ ਅਸੀਂ ਰੱਦ ਕਰ ਦੇਈਏ ਫਿਰ ਉਹਦੇ ਨਾਲ ਤੁਹਾਨੂੰ ਉਹਨਾਂ ਨੇ ਕਹਿਣਾ ਵੀ ਤੁਸੀਂ ਆਪਨੀ ਆ ਕੇ ਕੀ ਕਹਿੰਦੇ ਹੁੰਦੇ ਈਮੇਲ ਤੇ ਤੁਹਾਨੂੰ ਆਣਾ ਵੀ ਇੰਨੀ ਤਰੀਕ ਨੂੰ ਭੇਜੀ ਸਾਰੇ ਜਿਹੜੇ ਜਿਹੜੇ ਪੇਪਰ ਹੈਗੇ ਰਹਿੰਦੇ ਉਹ ਆ ਕੇ ਦੇ ਦਿਓ ਅਗਰ ਤਾਂ ਇਹ ਓਕੇ ਹੋ ਗਿਆ ਤਾਂ ਠੀਕ ਹੈ ਨਹੀਂ ਤਾਂ ਇਫ ਇਹ ਕੋ ਰਿਜੈਕਟ ਡਿਫੀਨਿਟਿਵ ਹੁੰਦੀ ਜਿੰਨਾ ਉਹ ਰੱਦ ਕਰ ਦਿੰਦੇ ਆ ਚਲੋ ਇਦਾਂ ਦਾ ਕੇਸ ਕਿਸੇ ਨਾ ਹੋਵੇ ਪਰ ਫੇਰ ਵੀ ਸਾਡਾ ਦੱਸਣਾ ਫਰਜ਼ ਬਣਦਾ ਤੇ ਉਸ ਤੋਂ ਬਾਅਦ ਜੀ ਡਾਕੂਮੈਂਟ ਕਿਹੜੇ ਚਾਹੀਦੇ ਆ ਜੀ origignal ਐ ਕਾਪੀ ਆ ਦੇ ਲ ਪਰ ਮੈਸੋਸਤਾ ਜੋ ਨਾਲੇ ਜਿਹੜਾ ਤੁਹਾਡਾ ਸੀਜ਼ਨ ਵਾਲੀ ਸਜ਼ੋੜ ਨੂੰ origignal ਤੇ ਉਹਦੀ ਫੋਟੋ ਕਾਪੀ ਫੋਟੋ ਕਾਪੀ ਉਹਦੇ ਵਿੱਚ ਪਾਣੀ origignal ਜਦੋਂ ਨਹੀਂ ਮੰਗਣਾ ਉਸ ਵੇਲੇ ਚਾਹੀਦੀ ਆ ਕਾਪੀ ਆ ਦੇ ਲ ਕਾਪੀ ਆ ਪਾਜੀਨਾ ਪਾਸਪੋਰਟ ਅੱਛਾ ਜਿਹੜਾ ਪਾਸਪੋਰਟ ਦਾ ਆ ਉਹਦੀ ਕਾਪੀ ਚਾਹੀਦੀ ਜਿੱਥੇ ਤੁਹਾਡੇ ਵੀਜ਼ਾ ਤੋਂ ਲੱਗਾ ਵੀਜ਼ਾ ਲੱਗਾ ਤੇ ਟਿੰਬਰ ਉਹਦੀ ਅੰਗਰੇਜ਼ੀ ਸੋ ਜਦੋਂ ਤੁਸੀਂ ਐਂਟਰੀ ਇਟਲੀ ਚਲੇ ਸੀ ਉਹ ਵਾਲੀ ਐਂਟਰੀ ਦੀ ਤੇ ਪਾਜੀ ਨਾ ਜਿੱਥੇ ਦਾਤੀਆਨਾਗਰਾਫੀ ਚੀਜ਼ ਦਾਤੀਆਨਾਗਰਾਫੀ ਚੀਜ਼ ਕਿਹੜੇ ਹੁੰਦੇ ਆ ਜੀ ਜਿੱਥੇ ਤੁਹਾਡਾ ਲਿਖਾ ਹੁੰਦਾ ਪਏ ਮੈ ਸਿੰਘ ਕੁਲਵੀਰ ਇੰਨੇ 11 11 87 ਵਗੈਰਾ 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 ਤੁਹਾਡਾ ਨਾਮ ਪਿੰਡ ਜਿੱਥੇ ਤੁਹਾਡਾ ਡੇਟ ਆਫ ਬਰਥ ਉਹ ਹੁੰਦੀ ਦਾਤੀਆਨਾਗਰਾਫੀ ਚ ਦੀਮਾਗ ਤੇ ਬੂਸਤੇ ਪਾਗਾ ਇਹ ਤੁਹਾਡਾ ਜਿਹੜਾ ਕੋ ਇਹ ਮਾਲਕ ਉਹਨੂੰ ਪਤਾ ਕੀ ਹੁੰਦਾ ਉਹਨੇ ਕੁਮਰ ਚਲਿਸਤਾ ਤੋਂ ਦਿਮਾਗ ਤੇ ਬੂਸਤੇ ਪਾਗੇ ਤੁਹਾਨੂੰ ਦੇ ਦੇਣੇ ਤੁਹਾਡੀ ਕਰਤਾ ਦੇਣਤੀਤਾ ਚਾਹੀਦਾ ਮਾਲਕ ਦਾ ਕਰਤਾ ਦੇਣਤੀਤਾ ਦੇ ਦਤੋਰੇ ਦੀ ਲਵਰੂ ਇਹ ਡਿਖੇਰਾਜ਼ਿਓਨੇ ਦਲ ਦਤੋਰੇ ਦੀ ਲਵਰੂ ਲੁਲਟੀਮਾ ਡਿਖੇਰਾਜ਼ਿਓਨੇ ਜਿਹੜਾ ਉਹਦਾ ਸੈਤਿ ਤਰਿੰਤਾ ਹੋਵੇ ਜਾਂ ਕੋਈ ਵੀ ਉਹ ਜਿਹੜੀ ਕਰਦਾ ਹੋਵੇ ਉਹਦੀ ਡਿਖੇਰਾਜ਼ਿਓਨੇ ਇਹ ਇ ਹੈਗਾ ਨਾਰਮਲ ਜਿਹੜਾ ਹੁੰਦਾ ਡਿਕਾਰੇਸ਼ਨ ਦੇ ਦਤੋਰੇ ਦੀ ਲਾਬੋਰ ਉਪੀ ਉਹ ਤੁਹਾਨੂੰ ਉਹ ਕੰਮ ਤੇ ਰੱਖਣਾ ਚਾਹੁੰਦਾ ਉਹਨੂੰ ਇੱਕ ਲਿਖਤੀ ਰੂਪ ਚ ਪੇਪਰ ਦੇਣਾ ਪੈਂਦਾ ਤੇ ਮੈਂ ਫਲਾਣੇ ਬੰਦੇ ਨੂੰ ਕੰਮ ਤੇ ਰੱਖਣਾ ਉਹਦੇ ਚ ਉਹਨੇ ਕੀ ਲਿਖਣਾ ਉਹ ਤਾਂ ਕੰਦਰਾਤ ਤੋਂ ਬਾਰੇ ਲਿਖਣਾ ਕਿ ਸ ਲੈਵਲ ਤੇ ਲਈ ਰੱਖਣਾ ਕਿ ਇਸ ਕੰਮ ਲਈ ਰੱਖਣਾ ਮੈਂਸ਼ਨ ਦੁਰਾ ਤੱਕ ਕਿੰਨੇ ਟਾਈਮ ਦਾ ਕੰਟੈਕਟ ਕਰਨਾ ਕਿੰਨੇ ਘੰਟੇ ਮੈਂ ਤੋਂ ਹਫਤੇ ਚ ਕੰਮ ਕਰਾਉਣਾ ਤੇ ਇਹਨੂੰ ਮੈਂ ਕਿੰਨੀ ਤਨਖਾਹ ਦੇਣੀ ਇਹ ਸਾਰਾ ਕੁਝ ਇਹ ਤੁਸੀਂ ਮਾਲਕ ਨੂੰ ਦੱਸਣਾ ਹੁੰਦਾ ਉਹਦੇ ਕਮਰਸ਼ੀਅਲਿਸਟ ਨੇ ਆਪੇ ਟਾਈਪ ਕਰਕੇ ਦਿੱਤਾ ਹੁੰਦਾ ਫਿਰ ਇੱਕ ਹੁੰਦਾ ਜੀ ਲੁਲਤੀਮਾ ਦੀ ਘਰਾਜ਼ੋਨੇ ਦੇ ਰੈਡੀ ਦੀ ਦਲ ਦਤੂਰੇ ਦੀ ਲਵਰ ਉਹੀ ਜਿਹੜਾ ਲਾਸਟ ਹੁੰਦੀ ਸੈਤੇ ਤੇ ਰਿੰਦਾ ਜਾਂ ਕੋਈ ਵੀ ਜਿਹੜਾ ਨੀਕਰ ਉਸਨੇ ਦੀ ਰੈਦੀਤੀ ਹੁੰਦੀ ਉਹਨਾਂ ਨੂੰ ਦੱਸਦੇ ਉਹਨੂੰ ਪਤਾ ਹੁੰਦਾ ਮਾਲਕ ਨੂੰ ਉਹਦੇ ਕੋਮਰਚਾਲਿਸਥਾਨੇ ਜਾਂ ਜਿੱਥੋਂ ਵੀ ਕਰਾਂਦਾ ਤੇ ਉਹਨੇ ਤੁਹਾਨੂੰ ਦੇ ਦੇਣਾ ਹੁੰਦਾ ਇੱਕ ਨੰਬਰ ਦੀ ਟੈਲੀਫੋਨ ਉਹ ਇੰਡੀਰੀਚਾ ਈਮੇਲ ਦਾ ਰਿਚੀਐਂਡੈਂਤੇ ਐਲੀ ਤੁਹਾਡਾ ਟੈਲੀਫੋਨ ਨੰਬਰ ਜਿਹੜਾ ਬੰਦਾ ਦਮਾਂਦਾ ਕਰ ਰਿਹਾ ਤੇ ਇੱਕ ਈਮੇਲ ਐਡਰੈਸ ਵੈਲਿਡ ਹੋਵੇ ਦੇਣਾ ਅਗਰ ਤੁਹਾਡੀ ਘਰ ਅਗਰ ਤੁਹਾਡਾ ਘਰ ਆਪਣਾ ਹੈ ਤਾਂ ਤੁਹਾਡੇ ਪ੍ਰਾਪਰਟੀ ਦੇ ਪੇਪਰ ਉਹ ਦੀ ਜਣੀ ਫੋਟੋ ਕਾਪੀ ਜੀ ਤੁਸੀਂ ਅਫੀਤੋ ਵਿੱਚ ਰਹਿੰਨੇ ਆ ਤਾਂ ਉਹ ਜਿਹੜਾ ਅਫੀਤੋ ਦਾ ਕਾਗਜ਼ ਆ ਉਹ ਜਣੀ ਕੰਟਰੈਕਟ ਤੋਂ ਦੀ ਅਫੀਤੋ ਦੀ ਫੋਟੋ ਕਾਪੀ ਹੋਣੀ ਜਣੀ ਤੁਹਾਡਾ ਘਰ ਆਪਣਾ ਆ ਤਾਂ ਠੀਕ ਨਹੀਂ ਤਾਂ ਕੰਟਰੈਕਟ ਤੋਂ ਹੁੰਦਾ ਜਿਹੜਾ ਫੀਤੋ ਵਾਲਾ ਉਹ ਦੀ ਕਾਪੀ ਲੈ ਜਿਓ ਪਰ ਜਿਹੜਾ ਕੰਟਰੈਕਟ ਤੋਂ 6 ਮਹੀਨੇ ਤੋਂ ਘੱਟ ਨਹੀਂ ਹੋਣਾ ਚਾਹੀਦਾ ਮੰਨ ਲਓ 6 ਮਹੀਨੇ ਤੋਂ ਜ਼ਿਆਦਾ ਹੋਣਾ ਚਾਹੀਦਾ ਤੇ ਇੱਕ ਜਿਹੜਾ ਤੁਹਾਡਾ ਈਦੋ ਨਹੀਂ ਤਾਂ ਦੀ ਈਦੋ ਨਹੀਂ ਤਾਂ ਦੀ ਆ ਲੋਜੂ ਬਣਾ ਜਿਡੀ ਉਹ ਜ਼ਰੂਰੀ ਚਾਹੀਦੀ ਹੈ ਜੀ فرض ਕਰੋ ਤੁਹਾਡੇ ਕੋ ਆਪਣਾ ਘਰ ਨਹੀਂ ਹੈਗਾ ਮੰਨ ਲਓ ਨਾ ਤੁਹਾਡੇ ਤੁਹਾਡਾ ਘਰ ਆਪਣਾ ਨਾ ਤੁਸੀਂ ਕਿਰਾਏ ਤੇ ਰਹਿੰਦੇ ਆ ਤੁਸੀਂ ਕਿਸੇ ਦੇ ਨਾਂ ਰਹਿੰਦੇ ਆ ਫਿਰ ਉਸ کیس ਵਿੱਚ ਕੀ ਆ ਜੀ ਉਸ کیس ਦੇ ਵਿੱਚ ਜਿਹੜਾ ਉਸ ਬੰਦੇ ਜਿਸ ਬੰਦੇ ਤੁਸੀਂ ਘਰ ਰਹਿੰਦੇ ਆ ਉਹਦਾ ਕਾਪਾ ਕੰਟਰੈਕਟਰ ਦਾ ਕੰਟਰੈਕਟ ਉਹਦੀ ਕਾਪੀ ਤੇ ਜਿਹੜੀ ਉਸ ਘਰ ਦੀ ਹੈ ਲੋਜੋ ਫਿਰ ਉਹਦੀ ਲਗਣੀ ਆ ਇਹ ਲਿਖਿਆ ਜੀ ਸੇ ਇਲ ਰਿਕੇਡੈਂਟੇ ਆ ਹਸਪੀਟਲ ਜੇ ਬੰਦਾ ਹਸਪੀਟਲ ਆ ਕਿਸੇ ਤੇ ਘਰ ਡਿਕਰੇਜ਼ਿਓਨੇ ਵਾਲੋਜੇ ਡੇਲ ਪ੍ਰੋਪ੍ਰੀਟਾਰੀ ਜਿਹੜਾ ਬੰਦਾ ਉਸ ਘਰ ਦਾ ਮਾਲਕ ਆ ਉਹਦੀ ਅਲੋਜੋ ਚਾਹੀਦੀ ਆ ਤੇ ਉਹਦੇ ਜਿਹੜੀ ਫੋਟੋ ਕਾਪੀ ਚਾਹੀਦੀ ਕਾਰਤੇ ਦੇਂਦੀ ਤੇ ਦੇਦੀ ਫੇ ਇੱਕ ਚਾਹੀਦੀ ਮਾਰਕਾ ਦੀ ਬੋਲੋ ਜਿਹੜੀ 16 ਯਰੋ ਦੀ ਬਸ ਜੀ ਆ ਸਮਾਨ ਆ ਜਿਹੜਾ ਤੁਹਾਨੂੰ ਆਪਣੇ 6 ਮਹੀਨੇ ਤੋਂ ਸਾਲ ਵਾਲੀ ਸਜੋਰ ਨੂੰ ਕੱਲ ਲਈ ਚਾਹੀਦਾ ਲਓ ਜੀ ਇਹਦੇ ਨਾਲ ਅਸੀਂ ਅੱਜ ਦਾ ਆਪਣਾ ਇਹ ਐਪੀਸੋਡ ਖਤਮ ਕਰਦੇ ਆ ਤੇ ਜੇ ਆਪਣਾ ਐਪੀਸੋਡ ਕਿੱਦਾਂ ਦਾ ਲੱਗਾ ਸਾਨੂੰ ਜਰੂਰ ਦੱਸਿਓ ਹੋ ਸਕਦਾ ਕੋਈ ਗੱਲ ਵਿੱਚ ਰਹਿ ਰੂ ਗਈ ਹੋਵੇ ਤਾਂ ਉਹ ਗੱਲ ਦੇ ਬਾਰੇ ਵੀ ਆਪਾਂ ਤੁਹਾਨੂੰ ਦੱਸਿਆ ਸੀ ਉਹ ਗੱਲ ਵੀ ਐਡ ਕਰ ਲਵਾਂਗੇ ਤੇ ਬਾਕੀ ਆਪਣਾ ਜੀ Facebook ਦਾ ਪੇਜ ਆਈ ਤਾਂ ਪੰਜਾਬੀ ਵਾਲਾ ਲਰਨ ਇਟਾਲੀਅਨ ਪੰਜਾਬੀ ਜਾਂ ਫਿਰ ਤੁਸੀਂ ਸਾਡੇ ਨਾਲ ਭਟ ਸਾਬ ਤੇ ਵੀ ਕਨੈਕਟ ਕਰ ਸਕਦੇ ਆ ਜਿਹਨੂੰ ਤੁਸੀਂ ਪੜ੍ਹੇ ਲਿਖੇ ਬੰਦੇ WhatsApp ਕਹਿੰਦੇ ਆ 328814955 ਜਾਂ ਫਿਰ ਸਾਡੀ ਈਮੇਲ ਆਈਡੀ ਹੈ jiita.punjabi@gmail.com ਚਲੋ ਚੰਗਾ ਜੀ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਅਸੀਂ ਅਲਵਿਦਾ ਕਹਿੰਨੇ ਆ ਰੇਡੀਓ ਵਾਲਿਆਂ ਦੇ ਸਟਾਈਲ ਦੇ ਵਿੱਚ ਮਿਲਾਂਗੇ ਹਾਂ ਅਸੀਂ ਆਪਣੇ ਅਗਲੇ ਭਾਗ ਵਿੱਚ